ਹਾਂਜੀ ਵੈਲਕਮ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਉੱਤੇ ਸੋ ਲੈ ਕੇ ਆਏ ਹਾਂ ਜੀ ਨਵੇਂ ਨੋਟੀਫਿਕੇਸ਼ਨ ਦੀ ਜਾਣਕਾਰੀ ਲੈਬ ਟੈਕਨੀਸ਼ੀਅਨਸ ਦੀਆਂ ਪੋਸਟਾਂ ਨੇ ਸੋ ਨੋਟੀਫਿਕੇਸ਼ਨ ਅੱਜ ਹੀ ਜਾਰੀ ਕੀਤਾ ਗਿਆ ਜੀ ਮੇਲ ਐਂਡ ਫੀਮੇਲ ਦੋਨੋਂ ਕਰ ਸਕਦੇ ਨੇ ਅਪਲਾਈ ਸੋ ਉਸ ਤੋਂ ਪਹਿਲਾਂ ਰਿਕਵੈਸਟ ਹੈ ਜਿਹੜੇ ਸਟੂਡੈਂਟ ਹੈ ਭੈਣ ਭਰਾ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਦਬਾ ਲਵੋ ਜੀ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਪ੍ਰਾਪਤ ਹੁੰਦਾ ਰਹੇ ਸੋ ਲੈ ਕੇ ਚੱਲਦੇ ਆ ਜੀ ਤੁਹਾਨੂੰ ਅਫੀਸ਼ੀਅਲ ਨੋਟੀਫਿਕੇਸ਼ਨ ਦੇ ਉੱਤੇ ਹਾਂਜੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਆਪਾਂ ਪਹੁੰਚ ਗਏ ਆ ਜੀ ਅਫੀਸ਼ੀਅਲ ਨੋਟੀਫਿਕੇਸ਼ਨ ਦੇ ਉੱਤੇ ਨੋਟੀਫਿਕੇਸ਼ਨ ਕੱਢਿਆ ਗਿਆ ਜੀ ਡਿਪਾਰਟਮੈਂਟ ਆਫ ਹੈਮਟੋਲੋਜੀ ਵੱਲੋਂ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਮਤਲਬ ਵੀ ਪਜੀ ਵੱਲੋਂ ਇਹ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਆ ਪੋਸਟ ਦਾ ਨਾਮ ਆ ਜੀ ਇੱਕ ਪੋਸਟ ਹੈ ਜੀ ਠੀਕ ਹੈ ਜੀ ਤੇ ਐਸੈਂਸ਼ੀਅਲ ਕੁਆਲਿਫਿਕੇਸ਼ਨ ਮੰਗੀ ਗਈ ਹੈ ਜੀ ਬੀਐਸ ਐਮਐਲਟੀ ਫਰਮ ਅ ਰਿਕੋਗਨਾਈਜ਼ਡ ਇੰਸਟੀਚਿਊਟ 2 ਇਅਰ ਡਿਪਲੋਮਾ ਇਨ ਮੈਡੀਕਲ ਲੈਬੋਰੀਟਰੀ ਟੈਕਨੋਲੋਜੀ ਆਫਟਰ 12th ਪਾਸ ਇਨ ਸਾਇੰਸ ਸਬਜੈਕਟ ਐਂਡ 1 ਇਅਰ ਐਕਸਪੀਰੀਅੰਸ ਇਨ ਰਿਕੋਗਨਾਈਜ਼ਡ ਮੈਡੀਕਲ ਲੈਬੋਰੀਟਰੀ ਯਾ 1 ਇਅਰ ਡਿਪਲੋਮਾ ਇਨ ਮੈਡੀਕਲ ਲੈਬੋਰੀਟਰੀ ਟੈਕਨੋਲੋਜੀ ਆਫਟਰ 12th ਪਾਸ ਇਨ ਸਾਇੰਸ ਠੀਕ ਹੈ ਜੀ ਸੋ ਲੈਬ ਟੈਕਨੀਸ਼ੀਅਨਸ ਲੈਬੋਰੀਟਰੀ ਟੈਕਨੀਸ਼ੀਅਨਸ ਦੀ ਪੋਸਟ ਹੈ ਜੀ ਠੀਕ ਹੈ ਜੀ ਤੇ ਅਪਰੇਜ ਲਿਮਿਟ ਰੱਖੀ ਗਈ ਹੈ ਜੀ ਤੁਸੀਂ ਦੇਖ ਸਕਦੇ ਹੋ 30 ਸਾਲ ਸੈਲਰੀ ਤੁਹਾਨੂੰ ਪੀਜੀਆਈ ਦੇ ਰੂਲ ਮੁਤਾਬਕ ਦਿੱਤੀ ਜਾਵੇਗੀ ਲਾਸਟ ਡੇਟ ਆ ਜੀ ਅਪਲਾਈ ਕਰਨ ਦੀ 9 ਮਈ 2022 ਸੋ ਹੁਣ ਆਪਾਂ ਦੇਖ ਲੈਂਦੇ ਆ ਵੀ ਅਪਲਾਈ ਕਿੱਦਾਂ ਕਰਨਾ ਹੋਵੇਗਾ ਅਪਲਾਈ ਕਰਨ ਲਈ ਤੁਹਾਨੂੰ ਈਮੇਲ ਕਰਨਾ ਹੋਵੇਗਾ ਆਪਦਾ ਬਾਇਓ ਡਾਟਾ ਇਨ ਦਾ ਟੈਂਪਲੇਟ ਪ੍ਰੋਵਾਈਡਡ ਬਿਲੋ ਉੱਪਰ ਫਾਰਮਾ ਨੀਚੇ ਦਿੱਤਾ ਗਿਆ ਡਿਊਲੀ ਸਾਈਨਡ ਫੋਟੋ ਕਾਪੀਜ਼ ਆਫ ਸਰਟੀਫਿਕੇਟ ਠੀਕ ਹੈ ਡੇਟ ਆਫ ਬਰਥ ਸਰਟੀਫਿਕੇਟ ਕੁਆਲਿਫਿਕੇਸ਼ਨ ਐਂਡ ਕੈਟਾਗਰੀ ਸਰਟੀਫਿਕੇਟ ਠੀਕ ਹੈ ਜੀ ਇਹ ਤੁਹਾਨੂੰ ਸਾਰਾ ਪੀਡੀਫ ਬਣਾ ਕੇ ਮੇਲ ਕਰਨਾ ਹੋਵੇਗਾ ਆ ਦੇਖੋ ਮੇਲ ਆਈਡੀ ਦਿੱਤੀ ਆ ਨਰੇਂਦਰ ਕਲਸਨ narendra.kalson@gmail.com 9 ਮਈ ਸ਼ਾਮ 5 ਵਜੇ ਤੋਂ ਪਹਿਲਾਂ-ਪਹਿਲਾਂ ਤੁਹਾਨੂੰ ਆਪਦਾ ਪਰਫਾਰਮਾ ਭੇਜਣਾ ਹੋਵੇਗਾ ਉਸ ਤੋਂ ਬਾਅਦ 10 ਮਈ ਨੂੰ ਤੁਹਾਨੂੰ ਬੈਕ ਈਮੇਲ ਆ ਜਾਵੇਗੀ ਜੇ ਤੁਸੀਂ ਸ਼ਾਰਟਲਿਸਟਡ ਹੁੰਨੇ ਹੋ ਤਾਂ ਉਸ ਤੋਂ ਬਾਅਦ 12 ਮਈ ਨੂੰ ਤੁਹਾਡੀ ਇੰਟਰਵਿਊ ਲਈ ਜਾਵੇਗੀ ਥਰਸਡੇ ਨੂੰ ਦਾ ਆਫਿਸ ਆਫ ਰੂਮ ਨੰਬਰ 554 ਸੈਮੀਨਾਰ ਰੂਮ ਡਿਪਾਰਟਮੈਂਟ ਆਫ ਹੈਮਟੋਲੋਜੀ 5ਥ ਫਲੋਰ ਰਿਸਰਚ ਏ ਬਲਾਕ ਪੀਜੀਆਈ ਚੰਡੀਗੜ੍ਹ ਠੀਕ ਹੈ ਜੀ ਸੋ एलिजिਬਲ ਕੈਂਡੀਡੇਟ ਜ਼ਰੂਰ ਅਪਲਾਈ ਕਰਨ ਸੋ ਪਰਫਾਰਮਾ ਦੇਖੋ ਨੀਚੇ ਦਿੱਤਾ ਗਿਆ ਵਾ ਪਰਫਾਰਮਾ ਭਰਨਾ ਹੋਵੇਗਾ ਫੋਟੋ ਲਗਾ ਕੇ ਫਿਲ ਕਰਨਾ ਹੋਵੇਗਾ ਠੀਕ ਹੈ ਤੇ ਪੀਡੀਐਫ ਨਾਲ ਅਟੈਚ ਕਰਕੇ ਤੁਸੀਂ ਇਹ ਸਾਰੇ ਡਾਕੂਮੈਂਟ ਮੇਲ ਕਰਨੇ ਹੋਣਗੇ ਸੋ ਜੇ ਇਨਫੋਰਮੇਸ਼ਨ ਵਧੀਆ ਲੱਗੀ ਆ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਮਿਲਦੇ ਆਂ ਜੀ ਨੈਕਸਟ ਵੀਡੀਓ ਦੇ ਵਿੱਚ ਨਵੀਂ ਇਨਫੋਰਮੇਸ਼ਨ ਨਵੀਂ ਅਪਡੇਟ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੁੜੇ ਰਹੋ ਤੁਹਾਡੇ ਆਪਣੇ ਚੈਨਲ ਸਟੱਡੀ ਏਨ ਕੈਰੀਅਰ ਦੇ ਨਾਲ ਆਪਾਂ ਲੈ ਕੇ ਆਉਨੇ ਆ ਮੈਡੀਕਲ ਫੀਲਡ ਨਾਲ ਜੁੜੀ ਹਰ ਇੱਕ ਵੈਕੈਂਸੀ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ